ਇਸ ਸਮੇਂ ਜਿਸ ਮਾਰਗ 'ਤੇ ਸਫ਼ਰ ਕਰ ਰਹੇ ਹਾਂ ਜੀ, ਇਹ ਮਾਰਗ ਦਾ ਨਾਮ ਹੈ ਜੀ ਸਤਿਗੁਰ ਸ਼੍ਰੀ ਬ੍ਰਹਮਾਨੰਦ ਜੀ ਭੂਰੀ ਵਾਲੇ ਮਾਰਗ, ਅਤੇ ਇਹ ਪਿੰਡ ਹੈਗਾ ਜੀ ਸ਼ਾਹਪੁਰ ਬੇਲਾ, ਅਤੇ ਇੱਥੋਂ ਵਗਦਾ ਹੈ ਜੀ ਸਤਲੁਜ ਦਰਿਆ। ਇਹਨਾਂ ਪਿੰਡਾਂ ਵਾਸਤੇ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਰਸਾਤ ਦੇ ਟਾਈਮ ਵਿੱਚ ਜਦੋਂ ਬਹੁਤ ਜ਼ਿਆਦਾ ਬਰਸਾਤ ਹੋ ਜਾਂਦੀ ਹੈ ਤਾਂ ਇਹ ਜੋ ਇਲਾਕਾ ਹੈ ਸਾਰਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ ਅਤੇ ਫਸਲਾਂ ਵਗੈਰਾ ਸਾਰੀਆਂ ਖਰਾਬ ਹੋ ਜਾਂਦੀਆਂ ਨੇ। ਤੋ ਜੋ ਜਿਹੜਾ ਪਿੰਡ ਹੈ ਸ਼ਾਹਪੁਰ ਬੇਲਾ ਉਹ ਪੂਰਾ ਪਾਣੀ ਦੇ ਅੰਦਰ ਡੁੱਬ ਜਾਂਦਾ ਹੈ ਅਤੇ ਪ੍ਰਸ਼ਾਸਨ ਨੂੰ ਇੱਧਰ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਅਤੇ ਅੱਗੇ ਪਿੰਡ ਹੈਗਾ ਜੀ ਹਰਦੋ ਨਮੋਹ, ਅਤੇ ਉੱਥੋਂ ਮੈਂ ਇੱਕ ਆਪਣੇ ਫਰੈਂਡ ਨੂੰ ਪਿੱਕ ਕਰਨਾ ਹੈ ਅਤੇ ਸਫ਼ਰ ਨੂੰ ਆਪਣੇ ਅੱਗੇ ਜਾਰੀ ਰੱਖਾਂਗਾ ਜੀ। ਅਤੇ ਹੁਣ ਮੈਂ ਸਫ਼ਰ ਕਰ ਰਿਹਾ ਜੀ NH 205 ਕੀਰਤਪੁਰ ਮਨਾਲੀ ਹਾਈਵੇ 'ਤੇ। ਆਪਾਂ ਪਹੁੰਚ ਗਏ ਨੇਰ ਚੌਂਕ, ਅਤੇ ਇੱਥੇ ਆਪਾਂ ਇੱਕ ਫਰੈਂਡ ਦੀ ਵੇਟ ਕਰ ਰਹੇ ਹਾਂ ਜੀ। ਲਓ ਜੀ ਪਹੁੰਚ ਗਏ ਜੀ ਹਿਮਾਚਲ, ਇਹ ਸਾਡਾ ਪ੍ਰਵੀਨ ਯਾਰ ਦੋਸਤ ਆਰਟਿਸਟ, ਇਹ ਲੰਬੂ ਹੈ ਜੀ, ਅਤੇ ਹੁਣ ਆਪਾਂ ਜਾ ਰਹੇ ਹਾਂ ਪੈਦਲ ਪ੍ਰਵੀਨ ਦੇ ਘਰ। ਇਹਨਾਂ ਦੇ ਮੋਟਰਸਾਈਕਲ ਵਗੈਰਾ ਇੱਥੇ ਖੜ੍ਹੇ ਕਰਨੇ ਪੈਂਦੇ ਆ, ਅਤੇ ਇਹ ਇੱਕ ਬ੍ਰਿਜ ਬਣਿਆ ਹੋਇਆ ਜੀ। ਥੱਲੇ ਪਾਣੀ, ਉੱਪਰ ਲੰਬੂ, ਅਤੇ ਲੰਬੂ ਬ੍ਰਿਜ 'ਤੇ ਲੱਕੜ ਦਾ ਪੁਲ। ਇਹਨਾਂ ਦੇ ਘਰ ਨੂੰ ਰਸਤਾ ਹੈ ਜੀ ਪੈਦਲ। ਘੰਟੇ ਹੀ ਹੈ ਪਹਿਲਾਂ ਹੀ ਇਹ। ਲਓ ਇਹ ਵੀ ਧਾਨ ਲਾਦੇ ਬਾਈ, ਦੇਖੋ ਪੌੜੀ ਨੁਮਾ ਖੇਤੀ ਅਤੇ ਧਾਨ। ਫਿਰ ਪਾਣੀ ਵਗੈਰਾ ਪ੍ਰਵੀਨ ਤੁਸੀਂ ਇਹਨਾਂ ਨੂੰ ਪਾਣੀ ਯਾਰ ਇਹ ਲਾਉਂਦੀ ਨਾਲੇ ਤੋਂ ਨਾ? ਅੱਛਾ ਦੇਖੋ ਪਹਾੜਾਂ ਚ ਵੀ ਬਿਨਾਂ ਮੋਟਰ ਤੋਂ ਖੇਤੀ ਧਾਨ ਦੀ। ਹਾਂ ਇਹ ਰੱਬ ਤਾਂ ਬਹੁਤ ਕੁਛ ਕਰਦਾ ਭਰਾਵਾ। ਨਾਲ ਇਹਨਾਂ ਦੇ ਇੱਕ ਚੱਲਦਾ ਹੈ ਜੀ ਖੱਡ। ਹਾਂ ਹਾਂ ਠੀਕ ਹੈ। ਇੱਥੇ ਪਈ ਲਗਾਉਂਦੇ ਤੁਸੀਂ ਨੇ ਆਉਣਾ? ਆਪ ਲਗਾਉਂਦੇ ਲਗਾਉਂਦੇ ਆਪ ਦੀ ਇਸ ਵਾਰ ਆਪਾਂ ਵੀ ਤੇ ਲਗਾਏ ਹੋਏ ਹੈ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ। ਇਹ ਹੈ ਜੀ ਪ੍ਰਵੀਨ ਦਾ ਘਰ, ਆਰਟਿਸਟ ਪ੍ਰਵੀਨ ਦਾ ਘਰ, ਮੰਡੀ ਦਾ ਇੱਕ ਮਸ਼ਹੂਰ ਆਰਟਿਸਟ। ਆਪਾਂ ਤੁਹਾਨੂੰ ਇਹਨਾਂ ਦੀ ਪੇਂਟਿੰਗਾਂ ਵੀ ਦਿਖਾਵਾਂਗੇ। ਇਹਨਾਂ ਨੇ ਸਟੂਡੀਓ ਬਣਾ ਰੱਖਿਆ ਉੱਪਰ ਆਪਦਾ, ਦਿਖਾਉਂਦੇ ਹਾਂ ਤੁਹਾਨੂੰ ਪੇਂਟਿੰਗਾਂ। ਇਹ ਨੇ ਜੀ ਕਲਾਕਾਰ ਪ੍ਰਵੀਨ ਰਾਵਤ ਦੀਆਂ ਪੇਂਟਿੰਗਾਂ, ਬਿਲਕੁਲ ਆਪਦੀ ਮਿੱਟੀ ਦੇ ਨਾਲ, ਆਪਦੇ ਕਲਚਰ ਦੇ ਨਾਲ ਜੁੜਿਆ ਹੋਇਆ ਇਨਸਾਨ। ਤੋ ਜੇ ਪੇਂਟਿੰਗਾਂ ਨੇ ਉਹ ਵੀ ਪੂਰੀਆਂ ਆਪਣੇ
ਪਹਾੜੀ ਕਲਚਰ ਦੇ ਉੱਪਰ ਬਣਾਈਆਂ ਹੋਈਆਂ ਨੇ। ਆਪਣੇ ਕਲਚਰ ਨੂੰ ਆਪਣੀਆਂ ਪੇਂਟਿੰਗਾਂ ਦੇ ਵਿੱਚ ਸਮੇਟਿਆ ਹੋਇਆ ਹੈ। ਦੇਖ ਸਕਦੇ ਹੋ ਬਹੁਤ ਸੋਹਣੀਆਂ ਅਤੇ ਬਹੁਤ ਹੀ ਸ਼ਾਨਦਾਰ ਪੇਂਟਿੰਗਸ ਨੇ ਅਤੇ ਕਲਰ ਸੈਂਸ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ। ਇਹ ਵਾਲੀ ਪੇਂਟਿੰਗ ਬਹੁਤ ਸੋਹਣੀ ਹੈ, ਬਹੁਤ ਪਿਆਰੀ ਲੱਗੀ ਪੇਂਟਿੰਗ ਇਹ ਵਾਲੀ। ਰਿਪ੍ਰੈਜੈਂਟਿੰਗ ਦਾ ਕਲਚਰ ਆਫ ਹਿਮਾਚਲ, ਠੀਕ ਹੈ। ਇਹ ਹੈ ਜੀ ਮੰਡਿਆਲੀ ਖਾਣਾ ਤੇ ਹੈ ਜੀ ਨਾਸ਼ਪਤੀ ਦੀ ਸਬਜ਼ੀ। ਹਾਂਜੀ ਅੱਛਾ ਜੀ, ਖੀਰ ਵੀ ਹੈ। ਇੱਥੋਂ ਦਾ ਕਲਚਰ ਥੱਲੇ ਬਹਿ ਕੇ ਖਾਣਾ, ਸਾਡੇ ਤਾਂ ਪੰਜਾਬ ਵਿੱਚ ਸਾਰੇ ਉੱਪਰ ਬਹਿ ਕੇ ਖਾਂਦੇ। ਨਾ ਨਾ ਜੀ, ਸਾਰਿਆਂ ਨੂੰ ਦੱਸਾਂਗਾ ਜੀ, ਯੂਟਿਊਬ ਤੇ। ਲਓ ਜੀ ਪਹੁੰਚ ਗਏ ਜੀ ਬੜਾ ਗਾਓਂ, ਹੁਣ ਵਿਆਹਲੇ ਘਰ ਜਾ ਰਹੇ ਹਾਂ ਜੀ। ਦੇਖੋ ਰਸਤੇ ਕੱਚੇ ਰਸਤੇ, ਮੱਕੀ। ਪਹੁੰਚ ਗਏ ਜੀ ਵਿਆਹਲੇ ਘਰ, ਇਹ ਸਾਹਮਣੇ ਹੈ ਜੀ ਵਿਆਹ ਵਾਲਾ ਘਰ। ਬਰਾਤ ਰੈਡੀ ਹੈ ਅਤੇ ਆਪਾਂ ਵੀ ਰੈਡੀ ਹੋ ਕੇ ਆਏ ਹਾਂ। ਇਹ ਦੇਖੋ ਲੰਬੂ ਪੱਗ ਬੰਨ ਕੇ। ਲੰਬੂ ਕਿੱਦਾਂ ਲੱਗ ਰਿਹਾ ਫਿਰ? ਬੇਕਾਰ। ਆਪਾਂ ਮੋਹਰੇ ਹੈ ਜੀ ਲਾੜੇ ਦੀ ਗੱਡੀ ਸਕਾਰਪੀਓ, ਅਤੇ ਪਿੱਛੇ ਪਿੱਛੇ ਆਪਾਂ ਜਿਹੜੇ ਪਿੰਡ ਮੁੰਡਾ ਪਿਆਣਾ, ਉਹ ਪਿੰਡ ਦਾ ਨਾਂ ਜੀ ਹੁੱਲੂ 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 ਹੁੱਲੂ। ਆਪਾਂ ਪਹੁੰਚਣ ਜੀ ਹੁੱਲੂ, ਅਤੇ ਇੱਥੋਂ ਦੀ ਇੱਕ ਬਹੁਤ ਹੀ ਵਧੀਆ ਕਹਾਣੀ ਹੈ ਦੇਵਕੂ ਦੇ ਨਾਮ ਦੀ, ਉਹ ਵੀ ਤੁਹਾਨੂੰ ਦੱਸਾਂਗੇ। ਪੇਂਟਿੰਗ ਕਿੰਨੇ ਕੀਤੀ ਹੁੰਦੀ ਅਤੇ ਉਹਦੇ 'ਤੇ ਇੱਕ ਪੇਂਟਿੰਗ ਵੀ ਹੈ, ਅਤੇ ਸਾਡੇ ਜੋ ਪ੍ਰਵੀਨ ਰਾਵਤ ਹੈ ਜਨਾਬ, ਇਹਨਾਂ ਦੀ ਜੋ ਪੇਂਟਿੰਗ ਹੈ ਉਹ ਬੁੱਕ ਦੇ ਟਾਈਟਲ 'ਤੇ ਫਰੰਟ ਪੇਜ 'ਤੇ ਛਪੀ ਹੋਈ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਠੀਕ ਹੈ, ਲਓ ਜੀ ਪਹੁੰਚ ਗਿਆ ਹੁੱਲੂ। ਫਾਦਰ ਸਾਹਿਬ
ਗੁਲਾਬੀ ਪਗੜੇ ਲਾੜੇ ਨੂੰ ਪਾਲਕੀ ਦੇ ਵਿੱਚ ਬਿਠਾ ਕੇ ਉੱਪਰ ਜੋ ਦੁਲਹਨ ਹੈ ਉਹਦੇ ਘਰ ਤੱਕ ਲੈ ਕੇ ਜਾਇਆ ਜਾਊਗਾ। ਲਾੜੇ ਦਾ ਭਰਾ ਲਾੜਾ ਬਹਿ ਗਿਆ ਜੀ ਫੇਰਿਆਂ ਵਾਸਤੇ। ਜਦੋਂ ਤੱਕ ਫੇਰੇ ਹੁੰਦੇ ਨੇ ਆਪਾਂ ਤੁਹਾਨੂੰ ਪਿੰਡ ਦਿਖਾ ਦਿੰਦੇ ਹਾਂ ਕਿਵੇਂ ਦਾ ਹੈ, ਪੁਰਾਣੇ ਘਰ ਨੇ। ਚਲੋ ਜੀ ਦਿਖਾਉਂਦੇ ਹਾਂ ਪਿੰਡ। ਪਿੰਡ ਵਿੱਚ ਜਿਹੜੇ ਆਲਮੋਸਟ ਘਰ ਨੇ ਉਹ ਇਵੇਂ ਦੀਆਂ ਸਲੇਟਾਂ ਦੇ ਬਣੇ ਹੋਏ ਨੇ ਅਤੇ ਲਗਭਗ 50 ਤੋਂ 100 ਸਾਲ ਪੁਰਾਣੇ ਘਰ ਨੇ। ਗੇੜਾ ਲਾਉਂਦਾ ਤੁਹਾਨੂੰ ਇੱਕ ਪਿੰਡ ਦਾ, ਬਹੁਤ ਵਧੀਆ ਪਿੰਡ ਹੈ ਹੁੱਲੂ। ਕੁਛ ਪੱਕੇ ਘਰ ਵੀ ਨੇ, ਇਹ ਖੱਡਾ ਪੱਟਿਆ ਹੋਇਆ। ਇੱਕ ਘਰ ਮੈਨੂੰ ਗਿਰੂਗਾ, ਪੱਕਾ ਗਿਰੂਗਾ ਬਰਸਾਤ 'ਚ। ਇੱਧਰ ਖਾਣੇ ਪੀਣ ਦਾ ਇੰਤਜ਼ਾਮ ਵਿਆਹ ਵੱਲੋਂ। ਹਾਂ ਫਰੈਗਰੈਂਸ ਤਾਂ ਬਹੁਤ ਵਧੀਆ ਆ ਰਹੀ, ਸੇਪੂ ਬੜੀਆਂ ਦੀ ਆ ਰਹੀ ਮੈਨੂੰ ਲੱਗਦਾ। ਹਿਮਾਚਲ ਦੀ ਵਿਆਹ ਇੱਕ ਮਿਸਾਲ ਨੇ, ਇੱਕ ਬਹੁਤ ਵਧੀਆ ਮਿਸਾਲ ਘੱਟ ਖਰਚੇ ਦੇ ਵਿੱਚ ਅਤੇ ਬਹੁਤ ਵਧੀਆ ਵਿਆਹ। ਆਪਾਂ ਤਾਂ ਫਾਸਟ ਫੂਡ ਵਗੈਰਾ ਦੇ ਸਟੋਲ ਲਗਾਉਂਦੇ ਹਾਂ, ਪਰ ਇੱਥੇ ਫਾਸਟ ਫੂਡ ਬਿਲਕੁਲ ਵੀ ਨਹੀਂ ਸੀ ਖਾਣ ਵਾਸਤੇ, ਅਤੇ ਇੱਥੋਂ ਦਾ ਟ੍ਰੈਡੀਸ਼ਨਲ ਧਾਮ ਅਤੇ ਇੱਥੇ ਸਾਰਿਆਂ ਨੂੰ ਲਾਈਨਾਂ ਦੇ ਵਿੱਚ ਬਿਠਾ ਕੇ ਪੱਤਲ ਦੇ ਉੱਪਰ ਜੋ ਹਿਮਾਚਲੀ ਧਾਮ ਹੈ, ਮੰਡਿਆੜੀ ਧਾਮ ਹੈ, ਉਹ ਖਿਡਾਈ ਜਾ ਰਹੀ ਸੀ। ਅਤੇ ਹੁਣ ਵੇਲਾ ਹੋ ਗਿਆ ਜੀ ਵਿਦਾਈ ਦਾ। ਸਿੰਘ ਸਾਹਿਬ ਰੋਟੀ ਸਵੇਰੇ ਸਵੇਰੇ ਫੜਿਆ ਹੋਵੇ ਚਾਹ ਦਾ ਕੱਪ ਅਤੇ ਸਾਹਮਣੇ ਇਹੋ ਜਿਹਾ ਵਿਊ ਨਜ਼ਰ ਆਉਂਦਾ ਹੋਵੇ ਤਾਂ ਕਮਾਲ ਹੀ ਕਮਾਲ ਹੈ ਜੀ।
ਇਹ ਲਾੜੇ ਦਾ ਭਰਾ ਹੈ ਜੀ, ਇਹ ਪ੍ਰਵੀਨ ਰਾਵਤ, ਤੇ ਸਾਹਮਣੇ ਕੁਦਰਤ, ਇਹ ਥੱਲੇ ਵੰਡ ਰਹੇ ਜੀ ਪ੍ਰਸ਼ਾਦੇ, ਤੇ ਇੱਧਰ ਲਾਈਨਾਂ 'ਚ ਬਿਠਾ ਕੇ ਪ੍ਰਸ਼ਾਦੇ ਛਕਾਏ ਜਾ ਰਹੇ ਨੇ। ਇਹ ਮੈਨੂੰ ਸਭ ਤੋਂ ਵਧੀਆ ਕਲਚਰ ਲੱਗਿਆ ਇੱਥੋਂ ਦਾ, ਥੱਲੇ ਬਹਿ ਕੇ ਖਾਣਾ। ਅਤੇ ਸਾਹਮਣੇ ਖੂਬਸੂਰਤ ਪਹਾੜ। ਅੱਜ ਇਹਦੀ ਵਿਆਹ ਦਾ ਦੂਜੇ ਦਿਨ, ਰਾਤ ਤਕਰੀਬਨ 12:30 ਵਜੇ ਬਰਾਤ ਜੋ ਹੈ ਵਾਪਸ ਆ ਗਈ ਸੀ, ਅਤੇ ਹੁਣ ਸਵੇਰੇ ਸਵੇਰੇ ਸਾਰੇ ਤਿਆਰ ਹੋ ਕੇ ਜਾ ਰਹੇ ਨੇ। ਜੋ ਇਹਨਾਂ ਦਾ ਕੁਲ ਦੇਵਤਾ ਹੈ, ਉਹਨਾਂ ਦਾ ਇੱਕ ਮੰਦਿਰ ਹੈ ਬਿਆਸ ਦਰਿਆ ਦੇ ਨਾਲ ਨੀਚੇ, ਉੱਧਰ ਜਾ ਰਹੇ ਨੇ ਸਾਰੇ। ਚਲੋ ਇੱਥੋਂ ਦਿਖਾਉਂਦੇ ਹਾਂ ਕਿ ਉੱਥੇ ਜਾ ਕੇ ਕੀ ਇਹਨਾਂ ਦਾ ਪ੍ਰੋਗਰਾਮ ਹੁੰਦਾ ਹੈ। ਬਣੇ ਰਹੇ ਵੀਡੀਓ ਦੇ ਨਾਲ। ਲਓ ਜੀ ਪਹੁੰਚ ਗਏ ਜੀ ਮੰਦਰ, ਰਿਸ਼ੀ ਸ਼੍ਰੀ ਦੇਵ ਪਾਇੰਦਲ। ਇਹ ਕੁਛ ਇੰਸਟਰਕਸ਼ਨਸ ਨੇ ਜੋ ਲਿਖੀਆਂ ਹੋਈਆਂ ਨੇ ਮੰਦਰ ਵਿੱਚ, ਜਾਣ ਤੋਂ ਪਹਿਲਾਂ ਪੜ੍ਹਨੀਆਂ ਪੈਣੀਆਂ। ਬਹੁਤ ਵਧੀਆ ਜਗ੍ਹਾ 'ਤੇ ਮੰਦਰ ਬਣਿਆ ਹੋਇਆ। ਮੰਦਰ 'ਚ ਜਾਣ ਤੋਂ ਪਹਿਲਾਂ ਤੁਹਾਨੂੰ ਜੋ ਵੀ ਚਮੜੇ ਦੇ ਵਸਤੂਆਂ ਨੇ ਉਹ ਇੱਥੇ ਉਤਾਰਨੀ ਪੈਣੀਆਂ, ਜਿਵੇਂ ਬੈਲਟ ਹੋ ਗਈ, ਪਰਸ ਹੋ ਗਿਆ, ਬਹੁਤ ਸੋਹਣਾ ਵਿਊ ਹੈ ਜੀ ਮੰਦਰ ਦਾ। Thank you.
ਬਾਰਿਸ਼ ਸ਼ੁਰੂ ਹੋ ਗਈ। ਸੁਮਿਤ ਮਾਰ ਚਾੜ ਮਾਰ ਬਾ ਜਲਦੀ ਕਰ ਵੀਡੀਓ ਲੈ ਬਣਾਣੀ ਮਾਰ ਦੇ ਖਿੱਚ ਕੇ ਬਾਬਾ ਸਾਥੀ ਉਹ ਲਗਾ ਸਰ ਚਲੋ ਜੀ ਵਿਆਹ ਹੋ ਗਿਆ ਸਮਾਪਤ ਅਤੇ ਆਪਾਂ ਹੁਣ ਜਾ ਰਹੇ ਹਾਂ ਵਾਪਿਸ ਰਾਵਤ ਦੇ ਘਰ ਵੱਲ ਨੂੰ। ਕਿਹੜੀਆਂ ਹੈ ਬੀਡ ਬਿਲਿੰਗ ਹਾਂ ਜ਼ਰੂਰ ਕਿ ਠੀਕ ਹੈ ਲੋ ਵੀ ਦੇਖੋ ਮਿੱਤਰੋ ਇਹ ਹੈ ਗੁਣਕਾਰੀ ਚਟਾਨੀ ਨਮਕ ਦਾ ਜਲ ਸਰੋਤ ਜਿਹੜਾ ਇਹ ਪਾਣੀ ਹੈ ਇਹ ਬਹੁਤ ਜ਼ਿਆਦਾ ਨਮਕੀਨ ਹੈ ਅਤੇ ਉੱਪਰ ਇੱਕ ਪੂਰੀ ਦੀ ਪੂਰੀ ਚਟਾਨ ਹੈ ਕਾਲੇ ਨਮਕ ਦੀ ਉੱਥੋਂ ਹੀ ਪਾਣੀ ਚੱਲਦਾ ਹੈ ਅਤੇ ਅਸੀਂ ਲਗਾਤਾਰ ਇੱਧਰ ਵੱਲ ਵਗਦਾ ਰਹਿੰਦਾ ਨਮਕ ਦਿਖਾਣ ਇੱਥੇ ਸਾਰੀਆਂ ਅੱਛਾ ਅੱਛਾ ਗੁੰਮਾ ਦਰੰਗ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਖਦਾਨ ਹੈ ਜੀ ਨਮਕ ਦੀ ਕਾਲੇ ਨਮਕ ਕਾਲਾ ਨਮਕ ਹੈ ਨਾ ਪ੍ਰਵੀਨ ਪੁਰਾਣਾ ਪੱਥਰ ਵਾਲਾ ਜਿਹੜਾ ਨਮਕ ਹੈ ਨਾ ਠੀਕ ਹੈ ਜੀ ਲਓ ਜੀ ਦੇਖੋ ਜੀ ਪਹਿਲੀ ਵਾਰ ਦੇਖਿਆ ਆਪਾਂ ਤਾਂ ਨਮਕ ਵਾਲਾ ਪਾਣੀ ਜੇ ਕਦੇ ਇੱਧਰ ਆਏ ਤਾਂ ਜ਼ਰੂਰ ਲੈ ਕੇ ਜਾਇਓ ਆਪਾਂ ਲੈ ਲਿਆ ਬੋਤਲ ਦੇ ਵਿੱਚ ਪਾਣੀ ਕਰੋ ਜੀ ਦਰਸ਼ਨ ਮੰਡੀ ਸ਼ਹਿਰ ਦੇ ਇਹ ਸਾਹਮਣੇ ਬਿਲਡਿੰਗ ਕਿਹੜੀ ਪ੍ਰਵੀਨ ਅੱਛਾ ਕੋਰਟ ਦੀ ਬਿਲਡਿੰਗ ਹੈ ਅੱਛਾ ਕਾਕੇ ਦਾ ਗਾਣਾ ਸ਼ੂਟ ਹੋਇਆ ਇੱਥੇ ਠੀਕ ਹੈ ਅਤੇ ਸਾਹਮਣੇ ਮਹਾਤਮਾ ਗਾਂਧੀ ਚੌਂਕ ਹੈ ਜੀ ਅਤੇ ਕਲੋਕ ਆਹ ਜਗ੍ਹਾ ਦਾ ਨਾਮ ਕਿਹਾ ਪ੍ਰਵੀਨ ਜਿਹੜੇ ਸਾਹਮਣੇ ਸ਼ੇਰੀ ਮੰਚ ਅਤੇ ਨਾਲ ਕਲੋਕ ਟਾਵਰ ਆ ਚੰਗਾ ਫਿਰ ਪ੍ਰਵੀਨ ਓਕੇ ਬਾਏ ਬਾਏ ਫਿਰ ਮਿਲਾਂਗੇ ਠੀਕ ਹੈ ਚੰਗਾ ਆਂਟੀ ਠੀਕ ਹੈ ਹਾਂ ਹਾਂ ਦੇਖ ਲਿਆ ਗੇਟ ਚੱਲੇ ਹਾਂ ਜੀ ਵਾਪਸ
ਪੰਜਾਬ ਨੂੰ। ਚੰਗਾ ਫਿਰ ਮਿੱਤਰ ਪਿਆਰੇ, ਫਿਰ ਮਿਲਾਂਗੇ। ਠੀਕ ਠੀਕ, ਪੰਜਾਬ ਹਾਂ, ਬਿਲਕੁਲ ਬਿਲਕੁਲ ਬਿਲਕੁਲ।